ਪਹਿਲਾਂ ਇਸ ਤਰ੍ਹਾਂ ਨਹੀਂ ਕੋਈ ਗੱਲਾਂ ਹੀ ਨਹੀਂ ਸੀਗਾ ਨਾ ਕੋਈ ਮੰਗਾ ਸੀਗਾ ਨਾ ਕੋਈ ਇਸ ਤਰ੍ਹਾਂ ਕੋਈ ਮੰਗਦਾ ਸੀ ਕਿ ਮੈਨੂੰ ਆ ਚੀਜ਼ ਦੇਈਂ ਮੈਨੂੰ ਆ ਚੀਜ਼ ਦੇਈਂ ਨਾ ਕੋਈ ਪਾਰਟੀ ਕਦੇ ਕਹਿੰਦੀ ਸੀ ਸਾਡੇ ਮੈਂ ਤਾਂ 50 40 50 ਹਜ਼ਾਰ ਹੋਗੇ ਲੈ ਇਲੈਕਸ਼ਨ ਲੜ ਦੇ ਨੂੰ ਤੇ ਹੁਣ ਤੇ ਬਿਲਕੁਲ ਹੀ ਚੇਂਜ ਹੋ ਗਿਆ ਸਾਰਾ ਕੁਝ ਜਦੋਂ ਅਕਾਲੀ ਦਲ ਤੇ ਭਾਜਪਾ ਇਕੱਠੇ ਸੀ ਉਦੋਂ ਵੀ ਤੁਸੀਂ ਅਕਾਲੀ ਦਲ ਦੇ ਪਾਸ ਸੀਗੇ ਪਾਰਟੀ ਦਾ ਅਲਾਈਨ ਸੀਗਾ ਹਨ ਪਾਰਟੀ ਦਾ ਰੈਂਸ ਕੀਤਾ ਗਿਆ ਹੈ ਬਿਸ਼ੱਕ ਹੁਣ ਅਕਾਲੀ ਦਲ ਨਾ ਹੋ ਕੇ ਹੁਣ ਇਸ ਵੇਲੇ ਤੁਹਾਡੀ ਆਪਣੀ ਪਾਰਟੀ ਹੈ ਤੇ ਨਾਲ ਕੈਪਟਨ ਅਮਰਿੰਦਰ ਸਿੰਘ ਹੈ ਅਲਾਈਨਸ ਹੁਣ ਵੀ ਕੀਤਾ ਜਾ ਰਿਹਾ ਹੈ ਕੀ ਡਿਫਰੈਂਸ ਹੈ ਸਰਦੋਨੀ ਅਲਾਈਨਸਸ ਦੇ ਵਿੱਚ ਕਿਵੇਂ ਬਦਲਾਅ ਹੈ ਕਿਵੇਂ ਅਲੱਗ ਭਾਈ ਹਈ ਰੋਪਾਂ ਤੇ ਰੋਪਦਾਰ ਇੱਕ ਦੂਸਰੇ ਉਪਰ ਰੋਪ ਵਿਲਾ ਰਹੇ ਨਾ ਹੋ ਤਾਂ ਕੁਛ ਕਰ ਨਹੀਂ ਰਹੇ ਕੀ ਹੁਣ ਕੀ ਕਰ ਰਹੇ ਨੇ ਕਨਵਰਸਿੰਗ ਜਾਂ ਕਹਿੰਦੇ ਨੇ ਸਿਆਪ ਦੇਵਾਂਗੇ ਆਦੇ ਮੰਗ ਜਾਂ ਕਹਿੰਦੇ ਨੇ ਦੂਜੇ ਨੂੰ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਹੋਰ ਕੀ ਕੰਪੇਨਿੰਗ ਹੈ ਹੁਣ ਰਾਜਨੀਤਿਕ ਲੋਕ ਬੜੀਆਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਪੱਗਾਂ ਲਾਉਂਦੇ ਆ ਅਸੈਂਬਲੀ 'ਚ ਇੱਕ ਦੂਜੇ ਗਾਲਾਂ ਮਗਲ ਪੈਂਦੇ ਆ ਅੱਗੇ ਇਸ ਤਰ੍ਹਾਂ ਨਹੀਂ ਸੀ ਹੁੰਦਾ ਸਾਡੇ ਵੇਲੇ ਜਦੋਂ ਸ਼ੁਰੂ ਕੀਤਾ ਉਹਨਾਂ ਇਸ ਤਰ੍ਹਾਂ ਸੀਆ ਫ੍ਰੀ ਪਾਰਟੀ ਦੀ ਗੱਲ ਕਰੋ ਤੁਸੀਂ ਤੁਸ ਜਨਾਸ ਸਪੋਕਸਮੈਨ ਦੇਖਦੇ ਸਰਦਾਰਸ਼ਕੰਦਰ ਸਵਾਗਤ ਹੈ ਜਿਸ ਤਰੀਕੇ ਦੇ ਨਾਲ ਨਵੀਂ-ਨਵੀਂ ਪਾਰਟੀਆਂ ਇਸ ਵੇਲੇ ਬਣ ਰਹੀਆਂ ਹਨ ਅਗਰ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਨਾਲ ਅ ਗਠਜੋੜ ਦੇ ਵਿੱਚ ਹੁਣ ਕਾਪਟਨ ਅਮਰਿੰਦਰ ਸਿੰਘ ਤੇ ਅਕਾਲ ਦਲ ਸਿਰਕਤ ਵੀ ਹੁਣ ਇਕੱਠੇ ਹੋ ਕੇ ਚੋਣਾਂ 2022 ਦੇ ਲੜਨਗੇ ਲੇਕਿਨ ਕੱਟੜ ਕੜੀ ਟੱਕਰ ਜ਼ਰੂਰ ਇਸ ਵਾਰ ਰਹਿਣ ਵਾਲੀ ਹੈ ਪਾਰਟੀਆਂ ਦੇ ਵਿੱਚ ਕਿਉਂਕਿ ਵੱਡੇ ਵੱਡੇ ਚਿਹਰਿਆਂ ਦੇ ਵਿੱਚ ਫੇਰ ਬਦਲ ਲਗਾਤਾਰ ਦੇਖਣ ਨੂੰ ਮਿਲ ਰਹੇ ਨੇ ਪੰਜਾਬ ਦੇ ਵਿੱਚ ਔਰ ਚੋਣਾਂ ਨੂੰ ਮਹਿਸ ਕੁਛੇ ਦਿਨ ਰਹਿ ਚੁੱਕੇ ਨੇ ਕਿਹਾ ਜਾ ਸਕਦਾ ਹੈ ਕਿਉਂਕਿ ਚੋਣ ਜਾਬਤਾ ਲੱਗਣ ਵਾਲੀ ਹੈ ਸੱਜਣ ਜੀ ਇਸ ਵੇਲੇ ਗੱਲ ਕਰਨ ਦੇ ਲਈ ਸੀਨੀਅਰ ਲੀਡਰ ਸੁਖਦੇਵ ਸਿੰਘ ਟੀਮ ਸਾਹਿਬ ਮੌਜੂਦ ਨੇ ਔਰ ਹਾਲੀ ਵਿੱਚ ਦਿੱਲੀ ਵਿੱਚ ਹਾਈ ਕਮਾਂਡ ਨਾਲ ਮੀਟਿੰਗ ਕਰਕੇ ਆਏ ਨੇ ਸਰ ਵੈਲਕਮ ਟੂ ਦ ਰੋਜ਼ਾਨਾ ਸਪੋਕਸਮੈਨ ਪਹਿਲੀ ਅਫੀਸ਼ੀਅਲ ਮੀਟਿੰਗ ਹੋਈ ਹੈ ਤੁਹਾਡੀ ਕੀ ਕੀ ਚੀਜ਼ਾਂ ਦੇ ਵਿੱਚ ਵਿਚਾਰ ਕੀਤੇ ਗਏ ਨੇ ਕਿਉਂਕਿ ਲੰਬੇ ਸਮੇਂ ਤੇ ਚੀਜ਼ਾਂ ਚੱਲ ਰਹੀਆਂ ਸੀ ਕਿ ਕੀ ਫੈਸਲੇ ਹੋਇਆ ਕਿ ਅਸੀਂ ਇਕੱਠੇ ਲਗਾ ਰਹੇ ਹਾਂ ਇਲੈਕਸ਼ਨ ਤਿੰਨ ਨੂੰ ਇਕੱਠੇ ਤੇ ਤਿੰਨ ਦੋ ਦੋ ਮੈਂਬਰ ਤਿੰਨੇ ਕੋ ਮੈਂ ਪਾਰਟੀਆਂ ਦੇਣ ਗਿਆ ਔਰ ਉਹੀ ਮੈਨੀਫੈਸਟੋ ਬਣਾਉਣਗੇ ਉਹੀ ਸੀਟਾਂ ਦੀ ਵੰਡ ਕਰਨਗੇ ਔਰ ਉਹਦੇ ਚ ਸੀਟਾਂ ਦੀ ਵੰਡੇ ਨਹੀਂ ਹੋਈ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣੀਆਂ ਬਿਨੇ ਬਿਲਟੀ ਉਹਦਾ ਚ ਕ੍ਰਾਈਟੇਰੀਆ ਰੱਖਿਆ ਗਿਆ ਉਹਦੇ ਚ ਔਰ ਮੈਂ ਸਮਝਦਾ ਕਿ ਅਸੀਂ ਪੰਥ ਔਰ ਪੰਜਾਬ ਦਾ ਏਜੰਡਾ ਸਾਰਾ ਉਹਨਾਂ ਨੇ ਰੱਖਿਆ ਸੀਗਾ ਉਹ ਕਹਿੰਦੇ ਠੀਕ ਹੈ ਅਸੀਂ ਏਜੰਡਾ ਬਣਾ ਲਾਂਗੇ ਤੇ ਇਕੱਠੇ ਕਰਕੇ ਕਰਾਂਗੇ ਤੁਸੀਂ ਪੰਥ ਦੀ ਗੱਲ ਕੀਤੀ ਹੈ ਸਰ ਗਠ ਜੋੜ ਜਦੋਂ ਅਕਾਲੀ ਦਲ ਤੇ ਭਾਜਪਾ ਇਕੱਠੇ ਸੀ ਉਦੋਂ ਵੀ ਤੁਸੀਂ ਅਕਾਲੀ ਦਲ ਦੇ ਪਾਸ ਸੀਗੇ ਪਾਰਟੀ ਦਾ ਅਲਾਈਨਸ ਸੀਗਾ ਹੁਣ ਪਾਰਟੀ ਦਾ ਅਲਾਈਨਸ ਕੀਤਾ ਗਿਆ ਹੈ ਬਿਸ਼ੱਕ ਹੁਣ ਅਕਾਲੀ ਦਲ ਨਾ ਹੋ ਕੇ ਹੁਣ ਇਸ ਵੇਲੇ ਤੁਹਾਡੀ ਆਪਣੀ ਪਾਰਟੀ ਹੈ ਤੇ ਨਾਲ ਕੈਪਟਨ ਅਮਰਿੰਦਰ ਸਿੰਘ ਹੈ ਅਲਾਈਨਸ ਹੁਣ ਵੀ ਕੀਤਾ ਜਾ ਰਿਹਾ ਹੈ ਕੀ ਡਿਫਰੈਂਸ ਹੈ ਸਰ ਦੋਨੇ ਅਲਾਈਨਸਸ ਦੇ ਵਿੱਚ ਕਿਵੇਂ ਬਦਲਾਅ ਹੈ ਕਿਵੇਂ ਅਲੱਗ ਹੈ ਨਹੀਂ ਬਦਲਾਅ ਤਾਂ ਕੋਈ ਨਹੀਂ ਹੋਤਾ ਪਹਿਲਾਂ ਵੀ ਸਾਡੀ ਬੀਜੇਪੀ ਨਾਲ ਚੱਲਦੀ ਸੀ ਤੇ ਹੁਣ ਵੀ ਉਸੇ ਤਰੀਕੇ ਚੱਲੂਗੀ ਕੋਈ ਐਸੀ ਗੱਲ ਨਹੀਂ ਬਲਕਿ ਹੁਣ ਅ ਅਜਨ ਤਿਆਰ ਨਹੀਂ ਹੋ ਕੋਈ ਵੱਤੋ ਵੱਤ ਫੈਤਰਾ ਕਰਨਗੇ ਅ ਕਿ ਸੀਟਾਂ ਇਕੱਠੀਆਂ ਲੜੀਏ ਤੇ ਕੋਈ ਇੱਕ ਦੂਜੇ ਅ ਮਦਦਗਾਰ ਹੋ ਕੇ ਨਵੀਂ ਸੋਚ ਲੈ ਕੇ ਨਵਾਂ ਪੰਜਾਬ ਬਣਾਉਣ ਲਈ ਅਸੀਂ ਇਕੱਠੇ ਹੋਏ ਹਾਂ ਨਵੇਂ ਪੰਜਾਬ ਦੀ ਤੁਸੀਂ ਗੱਲ ਕੀਤੀ ਹੈ ਹਾਲ ਹੀ ਵਿੱਚ ਉਹਨੇ ਪੈ ਪੋਸਟਰ ਲਾਂਚ ਕੀਤਾ ਸੀ ਭਾਜਪਾ ਨੇ ਨਵੇਂ ਪੰਜਾਬ ਦੇ ਲੇਕਿਨ ਨਵੀਂ ਸੋਚ ਦੀ ਲਗਾਤਾਰ ਭਾਜਪਾ ਇਹ ਦਾਵਾ ਕਰ ਰਹੀ ਹੈ ਕਿ ਅਸੀਂ ਪੰਜਾਬ ਪੰਜਾਬੀਅਤ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇੱਕ ਨਵਾਂ ਪੰਜਾਬ ਸਿਰਜਿਆ ਜਾਏਗਾ ਨਵਾਂ ਨੌਜਵਾਨਾਂ ਦੀ तमाम ਚੀਜ਼ਾਂ ਹੋਣਗੀਆਂ ਜਦੋਂ ਤੁਹਾਡੀ ਉੱਥੇ ਦਿੱਲੀ ਹਾਈ ਕਮਾਂਡ ਦੇ ਵਿੱਚ ਮੀਟਿੰਗ ਹੋਈ ਤੁਸੀਂ ਪੰਥਕ ਗੱਲ ਵੀ ਰੱਖੀ ਕਿਉਂਕਿ ਅਕਾਲੀ ਦਲ ਨੂੰ ਬੇਸ਼ੱਕ ਪੰਥਕ ਉਸਲੇ ਜਾਣਾ ਜਾਂਦਾ ਤੁਸੀਂ ਤਾਂ ਸਰ ਬੜਾ ਤਜਰਬਾ ਇਸ ਚੀਜ਼ ਦਾ ਕਿਵੇਂ ਰਹੇਗਾ ਪੰਥਕ Hindu votes तमाम ਸਭ ਚੀਜ਼ਾਂ ਮਿਲਜੁਲ ਕੇ ਹੋਣਗੀਆਂ ਕਿਵੇਂ ਮੋਰਚਾ ਅੱਗੇ ਜਾਏਗਾ ਨਹੀਂ Hindu ਕੋ ਪੰਥ ਦੇ ਖਿਲਾਫ ਨਹੀਂ ਹੈ ਨਹੀਂ ਨੂੰ ਕੋਈ ਹੋ ਰਹਾ ਪੰਥ ਦਾ ਇਹ ਹੈ ਕਿ ਪੰਥ ਨੇ ਕਦੇ ਐਸੀ ਗੱਲ ਨਹੀਂ ਕੀਤੀ ਜੀ ਕਿਸੇ ਧਰਮ ਦੇ ਖਿਲਾਫ ਹੋਵੇ ਜਾਂ ਕਿਸੇ ਇੰਡੀਵਿਜੂਅਲ ਦੇ ਖਿਲਾਫ ਹੋਵੇ ਅਸੀਂ ਤਾਂ ਇਕੱਠੇ ਮਾਹੌਲ ਐਸਾ ਬਣਾਉਣਾ ਚਾਹੁੰਦੇ ਆ ਜਿਹਦੇ ਚ ਭਾਈਚਾਰਕ ਇੱਕ ਦੱਬਣੇ ਔਰ ਕਦੇ ਕੋਈ ਵਿਗਾੜਨਾ ਹੋਵੇ ਕੋਈ ਮਾਹੌਲ ਖਰਾਬ ਨਾ ਹੋਵੇ ਉਸੇ ਲਈ ਅਸੀਂ ਇਕੱਠੇ ਹੋਏ ਆ ਕਿਵੇਂ ਸੀਟਾਂ ਦਾ ਵੰਡ ਹੋਏਗਾ ਤੁਹਾਡੀਆਂ ਵੱਖਰੀਆਂ ਕਿਵੇਂ ਮਤਲਬ ਕਿਵੇਂ ਗੱਠ ਜੋੜ ਕੀਤਾ ਜਾਏਗਾ ਕਿਵੇਂ ਸੀਟਸ ਦਾ ਅਲਾਈਨਸ ਹੋਏਗਾ ਚੀਜ਼ਾਂ ਕਿਵੇਂ ਯਾਨੀ ਕਿ ਮੇਨ ਅਜੰਡਾ ਕੀ ਰਹਿਣਗੇ ਪੰਜਾਬ ਦੇ ਵਿੱਚ ਇਸ ਵਾਰ ਕਿਹੜੇ-ਕਿਹੜੀਆਂ ਚੀਜ਼ਾਂ ਤੁਹਾਡੇ ਪਾਰਟੀ ਵੱਲੋਂ ਮੁੱਖ ਰਹਿਣ ਵਾਲੀਆਂ ਹਨ ਕਿਉਂਕਿ ਵੱਡੇ ਚਿਹਰੇ ਉਹਨਾਂ ਭਾਜਪਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਕੱਲ ਫਤੇਜੰਗਵਾਜਵਾ ਤੇ ਸਟਿੰਗ ਐਮਐਲਏ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਖਾਲੀ ਵਿੱਚ ਕੁਝ ਤੋਂ ਸਮੇਂ ਪਹਿਲਾਂ ਰਾਣਾ ਸੋਢੀ ਵੀ ਇਸ ਪਾਰਟੀ ਵਿੱਚ ਗਏ ਨੇ ਦੇਖੋ ਸਾਡਾ ਕ੍ਰਾਈਟੇਰੀਆ ਜਿਵੇਂ ਮੈਂ ਪਹਿਲਾਂ ਕਿਹਾ ਹੈ ਨਾ ਬਿਨੇਬਿਲਿਟੀ ਰੱਖਿਆ ਹੋਇਆ ਹੈ ਜੇ ਕਿਸੇ ਪਾਰਟੀ ਦਾ ਕੋਈ ਕੈਂਡੀਡੇਟ ਜਿੱਦਾ ਹੋਵੇ ਤਾਂ ਉਹਨੂੰ ਸੀਟ ਜਾਏਗੀ ਉਹ ਕੋਈ ਸੀਟਾਂ ਨਹੀਂ ਵੰਡੇ ਇਸ ਤਰ੍ਹਾਂ ਨਹੀਂ ਹੋਣੀ ਕਿ ਫੁਲਾਨੀ ਪਾਰਟੀ ਪੈਨੀਆਂ ਸੀਟਾਂ ਲੜੂ ਪੁਰਾਣੀਆਂ ਐਨੀਆਂ ਲੜੂ ਉਹਦੇ ਚ ਉਹ ਬਿਨਰਬਿਲਟੀ ਦੇਖੇਗੀ ਇਸੇ ਤਰ੍ਹਾਂ ਇੱਕ ਸਾਂਝਾ ਪ੍ਰੋਗਰਾਮ ਮਿਨਿਮਮ ਪ੍ਰੋਗਰਾਮ ਕਹ ਲੋ ਜਾਂ ਉਹ ਜਿਹੜਾ ਤਿੰਨੇ ਪਾਰਟੀਆਂ ਦੇ ਨਮਾਇंदे ਬੈਠ ਕੇ ਬਣਾਉਣਗੇ ਔਰ ਉਹਦੇ ਚ ਸਾਰੇ ਧਿਰਾਂ ਦਾ ਪੰਜਾਬੀ ਅੱਦਾ ਪੰਜਾਬ ਦਾ ਪੰਜਾਬੀ ਅੱਦਾ ਸਭ ਦਾ ਧਿਆਨ ਰੱਖਿਆ ਜਾਊਗਾ ਹੁਣ ਮੀਟਿੰਗਸ ਦਾ ਦੌਰ ਜਿਹੜਾ ਅੱਗੇ ਜਾਰੀ ਰਹੇਗਾ ਜਲਦ ਮੀਟਿੰਗ ਹੋਏਗੀ ਕਦੋਂ ਤੱਕ ਅਨਾਉਂਸ ਹੋਣਾ ਸ਼ੁਰੂ ਹੋ ਜਾਏਗਾ ਸੀਟਾਂ ਦਾ ਵੰਡ ਕਦੋਂ ਤੱਕ ਸ਼ੁਰੂ ਹੋ ਜਾਏਗਾ ਕਿਵੇਂ ਕੰਮ ਪਿਹੜਾ ਪੰਜਾਬ ਦੇ ਵਿੱਚ ਵੰਡਿਆ ਜਾਏਗਾ ਕਿਵੇਂ ਕਿਉਂਕਿ ਸਮਾਂ ਬੇਸ਼ੱਕ ਥੋੜਾ ਲੇਕਿਨ ਟੀਮੇ ਚੀਜ਼ਾਂ ਦਾ ਪਲਾਨ ਆਊਟ ਕੀ ਕਿ ਅਕਾਲ ਅਕਲ ਦਲ ਵੀ ਚਾਹੇ ਕਾਂਗਰਸ ਦਾ ਲਗਾਤਾਰ ਆਪ ਵਾਟੀ ਵੀ ਆਪਣੀ ਚੀਜ਼ਾਂ ਨੂੰ ਅੱਗੇ ਅੱਗੇ ਵਧਾਰੇ ਨੇ ਤੁਹਾਡੇ ਵੱਲੋਂ ਵੱਡੇ ਇਕੱਠ ਕਦੋਂ ਕਿਉਂਕਿ ਜਲਦੀ ਹੀ ਨਰਿੰਦਰ ਮੋਦੀ ਵੀ ਪੰਜਾਬ ਦੇ ਵਿੱਚ ਰੈਲੀ ਕਰਨ ਆ ਰਹੇ ਨੇ ਦੇਖੋ ਕੱਲ ਦਾ ਮੀਟਿੰਗ ਕੱਲੇ ਕਮੇਟੀ ਬਣੀ ਹੈ ਕਿ ਕਦੋਂ ਦੇ ਵਿੱਚ ਮੀਟਿੰਗ ਹੋਏਗੀ ਸ਼ੁਰੂ ਕਰ ਲੈਣਗੇ ਉਹ ਕਰ ਦੇਣਗੇ ਹਾਂ ਸਭ ਕੁਝ ਦਿੱਲੀ ਤੋਂ ਹੋਏਗਾ ਜਾਂ ਇੱਥੇ ਪੰਜਾਬ ਦੇ ਵਿੱਚ ਜਿਹੜਾ ਕਿ ਆਫਿਸਸ ਬਣਾਏ ਗਏ ਨੇ ਉਹ ਕਿ ਭਾਜਪਾ ਦਾ ਵੀ ਆਫਿਸ ਹੈ ਤੁਹਾਡਾ ਵੀ ਹੈ ਤੇ ਉਧਰ ਕੈਪਟਨ ਅਮਰਿੰਦਰ ਸਿੰਘ ਦਾ ਵੀ ਆਪਣਾ ਆਫਿਸ ਹੈ ਤੋਂ ਚੀਜ਼ਾਂ ਕਿਹਿਆ ਤਿੰਨੇ ਵਿੱਚ ਹੋਣਗੀਆਂ ਜਾਂ ਇੱਕ ਥਾਂ ਦੇ ਉੱਪਰ ਸਭ ਚੀਜ਼ਾਂ ਕੀਤੀਆਂ ਜਾਣਗੀਆਂ ਇਹ ਕੋਈ ਲਿਖਿਆ ਤਾਂ ਨਹੀਂ ਵੀ ਕੌਣ ਕਿੱਥੇ ਮੀਟਿੰਗ ਹੋ ਜਿਆਦਾ ਪੰਜਾਬ 'ਚ ਹੋਣਗੀਆਂ ਕਿਉਂਕਿ ਇਲੈਕਸ਼ਨ ਪੰਜਾਬ 'ਚ ਹੋਣੀ ਹੈ ਤੇ ਮੀਟਿੰਗਾਂ ਤਾਂ ਪੰਜਾਬ 'ਚ ਹੋਣਗੀਆਂ ਕਿੱਥੇ ਹੋਣਗੀਆਂ ਉਹ ਉਹ ਕਮੇਟੀ ਡਿਸਾਈਡ ਕਰੂਗੀ कि ਜਿਹੜੀ ਜਲਦੀ ਜਿਹੜੇ ਨਰਿੰਦਰ ਮੋਦੀ ਆ ਰਹੇ ਨੇ ਇੱਕ ਵੱਡੇ ਐਲਾਨ ਜ਼ਰੂਰ ਕੀਤੇ ਜਾਣਗੇ ਮਤਲਬ ਤੁਹਾਡੀ ਪਾਰਟੀ ਵੱਲ ਦੇਖੋ ਇਹ ਤਾਂ ਮੈਂ ਨਹੀਂ ਕਹਿ ਸਕਦਾ ਵੀ ਹੈਗਾ ਜਿਹੜੇ ਅਜੇ ਤਾਂ ਇਹ ਕਹਿ ਵੀ ਅਜੰਡਾ ਬਣਾਓ ਉਹਦੇ ਚ ਸਾਰੇ ਰਕੋਪੱਕ ਜਿਹੜੀਆਂ ਮੰਗਾਂ ਨੇ ਹੋਰ ਹੈ ਉਹ ਸਾਰੀਆਂ ਅਸੀਂ ਉਹਦੇ ਰੱਖਣਾ ਚਾਹਾਂਗੇ ਇਹ ਨਹੀਂ ਪਤਾ ਅਨਾਉਂਸ ਕਰਨਗੇ ਕੀ ਕਰਨਗੇ ਨਹੀਂ ਕਰਨਗੇ ਇਹ ਹੁਣ ਇਹ ਤਾਂ ਭਗਤੀ ਦੱਸੇਗਾ ਤੁਹਾਡਾ ਲੰਬਾ ਇੱਕ ਤੋਂ ਚਰਵਾ ਰਿਹਾ ਹੈ ਰਾਜਨੀਤੀ ਦੇ ਵਿੱਚ। ਕੀ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਮੇਨ ਅਜੈਂਡਾ ਜਾਂ ਫਿਰ ਮੇਨ ਚੀਜ਼ ਕੀ ਹੋਣੀ ਚਾਹੀਦੀ ਹੈ ਜੋ ਪੰਜਾਬ ਦੇ ਲੋਕਾਂ ਦੇ ਵਿੱਚ ਜ਼ਰੂਰੀ ਤੁਸੀਂ ਮੰਨਦੇ ਹੋ? ਦੇਖੋ ਇੱਕ ਤਾਂ ਜਿਹੜਾ ਬਹੁਤ ਜ਼ਰੂਰੀ ਹੈ ਉਹ ਹੈ ਕਿ ਜਿਹੜੇ ਸਾਰੀਆਂ ਪਾਰਟੀਆਂ ਮੈਨੀਫੈਸਟੋ ਬਣਾ ਰਹੀਆਂ ਨੇ ਜਿਵੇਂ ਕਹ ਲੋ ਵੀ ਲੋਕਾਂ ਨੂੰ ਬੜੇ-ਬੜੇ ਝਾਸੀ ਦੇ ਰਹੀਆਂ। ਅਸੀਂ ਆ ਵੀ ਕਰ ਦੇਾਂਗੇ, ਅਸੀਂ ਆ ਵੀ ਕਰ ਦੇਾਂ ਕਿਸੇ ਨੇ ਇਹ ਨਹੀਂ ਦੱਸਿਆ ਕਿ ਪੈਸੇ ਕਿੱਥੋਂ ਲੈ ਕੇ ਆਵਾਂਗੇ? ਨੰਬਰ 2 ਹੈ ਮੇਰੀ ਔਰ ਮੇਰੀ ਪਾਰਟੀ ਦਾ ਇੱਕੋ ਮੰਗ ਹੈ ਕਿ ਇਹਨੂੰ ਕਨਸਟੀਟਿਊਸ਼ਨਲ ਬਣਾਇਆ ਜਾਵੇ ਜਿਹੜਾ ਮੈਨੀਫੈਸਟੋ ਹੈ ਜਿਹੜੀ ਪਾਰਟੀ ਆਪਣੇ ਮੈਨੀਫੈਸਟੋ ਲਾਗੂ ਨਾ ਕਰੇ ਉਹਨੂੰ ਅੱਗੇ ਤੋਂ ਇਲੈਕਸ਼ਨ ਲੜਨ ਦੀ ਇਜਾਜ਼ਤ ਨਾ ਹੋਵੇ ਤਾਂ ਉਹਨੂੰ ਡਿਸਕਵਾਲਿਫਾਈ ਕੀਤਾ ਜਾਵੇ ਪੰਜਾਬ ਦੇ ਲੋਕਾਂ ਦੀ ਨਫਸ ਦੀ ਗੱਲ ਕੀਤੀ ਜਾਵੇ ਤੁਸੀਂ ਤਾਂ ਬੜੇ ਚੰਗੇ ਤਰ੍ਹਾਂ ਜਾਣਦੇ ਹੋ ਕਿਆ ਸਮਝਦੇ ਹੋ ਪੰਜਾਬ ਦੀ ਲੋਕਾਂ ਦੀ ਨਫਸ ਕਿਆ ਹੈ ਕਿਆ ਚਾਹੁੰਦੇ ਨੇ ਪੰਜਾਬ ਦੇ ਵਸਨੀਕ ਪੰਜਾਬ ਦੇ ਲੋਕ ਪੰਜਾਬ ਦੇ ਤਾਂ ਬਹੁਤ ਗੁੱਸਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਧਾਰਮਿਕ ਵਗਿਆ ਹੋਈ ਹੈ ਜਿਹੜੀਆਂ ਬੇਅਦਮੀ ਹੋ ਜਾਂਦੇ ਨੇ ਉਹਨਾਂ ਦਾ ਇਨਸਾਫ ਚਾਹੁੰਦੇ ਆ ਨਸ਼ਿਆਂ ਤੋਂ ਛੁਡਵਾਰਾ ਚਾਹੁੰਦੇ ਆ ਜਿਹੜਾ ਰੇਤਾ ਬਜਰੀ ਸਾਰਾ ਔਰ ਨਸ਼ੇ ਹੋਰ ਇਹ ਸਾਰੀਆਂ ਗੱਲਾਂ ਤੋਂ ਉਜਾਦ ਲਾਉਣੀ ਚਾਹੁੰਦੇ ਆ ਲੋਕ ਔਰ ਉਹ ਇਹ ਦੇਖਣਗੇ ਕਿ ਇੱਕ ਹੋਰ ਕਿਹੜੀ ਪਾਰਟੀ ਹੈ ਕੌਣ ਹੈ ਕਿਹੜੇ ਲੋਕ ਨੇ ਜਿਹੜੇ ਇਹਨੂੰ ਖਤਮ ਕਰ ਸਕਦੇ ਆ ਕਾਲੀ ਦਲ ਦੇ ਸਮੇਂ ਵਿੱਚ ਇਸ ਤਰੀਕੇ ਦੇ ਨਾਲ ਦਪੇਤ ਵੀ ਦਾ ਇੱਕ ਸ਼ੁਰੂ ਹੁੰਦਾ ਹੈ ਕਾਂਗਰਸ ਸਰਕਾਰ ਆਂਦੀ ਹੈ 2017 ਵਿੱਚ ਕਪਤਨ ਅਮਰਿੰਦਰ ਸਿੰਘ ਗੁਟਕਾ ਲੀਕ ਕੇ ਕਹਿੰਦੇ ਨੇ ਕਿ ਚੀਜ਼ਾਂ ਨੂੰ ਮੈਂ ਇਨਸਾਫ ਦਿਲਾਵਾਂਗਾ ਸਾਰੇ ਮਸਲੇ ਹੱਲ ਹੋਣਗੇ ਸੱਤਾ ਪਲਟ ਹੋਇਆ ਇਸੇ ਮੁੱਦੇ ਦੇ ਉੱਪਰ ਲੈ ਕੇ ਚੀਜ਼ਾਂ ਬਦਲੀਆਂ तमाम ਹੋਣ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਮੇਨਹੀ ਮੁੱਦਾ ਹੈ ਹਾਲੀ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਵਰਗਾੜੀ ਵਰਗਾ ਇੱਕ ਘਟਨਾ ਵਾਪਰਦੀ ਹੈ ਉੱਥੇ ਵੀ ਅਦਵੀ ਦਾ ਸਾਹਮਣੇ ਸਾਹਮਣੇ ਨਿਕਲ ਕੇ ਆਂਦਾ ਹੈ ਸਰ ਕੀ ਲੱਗਦਾ ਹੈ ਤੁਹਾਨੂੰ ਕਿ ਇਹ ਮੁੱਦਾ ਬਹੁਤ ਅਹਿਮ ਰੇਗਾ ਔਰ ਇਹ ਚੀਜ਼ਾਂ ਸੋਲਵ ਹੋ ਜਾਣਗੀਆਂ ਪੰਜਾਬ ਦੇ ਵਿੱਚ ਦੇਖੋ ਇਹ ਸੌਲਟ ਹੋਣੀਆਂ ਚਾਹੀਦੀਆਂ ਨੇ ਔਰ ਸਰਕਾਰ ਨੂੰ ਇਹ ਚਾਹੀਦਾ ਕਿ ਤਾਂ ਪੂਰਾ ਕੋਈ ਇਨਕੁਆਰੀ ਅੱਡੀ ਪੱਡੀ ਜੱਜ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਿਆ ਕਿ ਹਾਈ ਕੋਰਟ ਦੇ ਜੱਜ ਦੇ ਅੰਦਰ ਅੰਡਰ ਇਨਕੁਆਰੀ ਹੋਵੇ ਔਰ ਉਹਦਾ ਇਨਸਾਬ ਵੀ ਮਿਲੇ ਤੇ ਜਿਹੜੇ ਬੰਦੇ ਇਹਦੇ ਚ ਆਉਣ ਨੇ ਉਹਨੂੰ ਅਨਵਾਲਵ ਨੇ ਉਹਨਾਂ ਦੀ ਪੂਰੀ ਉਹਨਾਂ ਦੀ ਸਜ਼ਾ ਵੀ ਹੋਵੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਂਦੀ ਹੈ ਦਾਵੇ ਵਾਦੇ ਕਰਦੀ ਹੈ ਕੀ ਲੱਗਦਾ ਹੈ ਵਕ ਵਕ ਪਾਰਟੀਆਂ ਦਾਵੇ ਦਾਵਿਆਂ ਦੀ ਰਾਜਨੀਤੀ ਹੈ ਸਭ ਚੀਜ਼ਾਂ ਕਰ ਰਿਹਾ ਹੈ ਕੀ ਲੱਗਦਾ ਹੈ ਸਰ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਅਗਰ ਪਹਿਲੇ ਦਿਨ ਸਮੇਂ ਦੀ ਗੱਲ ਕੀਤੀ ਜਾਵੇ ਜਦੋਂ ਚੋਣਾ ਹੁੰਦੀਆਂ ਸੀ ਹੁਣ ਦੇ ਤੱਕ ਕਿਵੇਂ ਡਿਫਰੈਂਸ ਲੱਗਦਾ ਹੈ ਤੁਹਾਨੂੰ ਦੇਖੋ ਪਹਿਲਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗਾ ਨਾ ਕੋਈ ਮੰਗਾ ਸੀਗਾ ਨਾ ਕੋਈ ਇਸ ਤਰ੍ਹਾਂ ਕੋਈ ਮੰਗਦਾ ਸੀ ਕਿ ਮੈਨੂੰ ਆ ਚੀਜ਼ ਦੇਈਂ ਮੈਨੂੰ ਆ ਚੀਜ਼ ਚਾਹੀਦੀ ਹੈ ਨਾ ਕੋਈ ਪਾਰਟੀ ਕਦੇ ਕਹਿੰਦੀ ਸੀ ਸਾਡੇ ਮੈਂ ਤਾਂ 50 40 50 ਸਾਲ ਹੋ ਗਏ ਲ ਇਕਸ਼ਨ ਲੜਦੇ ਨੂੰ ਤੇ ਹੁਣ ਤੇ ਬਿਲਕੁਲ ਹੀ ਚੇਂਜ ਹੋ ਗਿਆ ਸਾਰਾ ਕੁਝ ਲੱਗਦਾ ਇਹ ਇਹ ਹੁਣੇ ਚੀਜ਼ਾਂ ਜਿਹੜੇ ਬਦਲਾਵ ਰਾਜਨੀਤੀ ਵਿੱਚ ਹੋਇਆ ਹੈ ਇਹ ਬਦਲਾਵ ਕਰਕੇ ਇਸ ਵਾਰ ਦੇ ਚੋਣਵਾ ਦਾ ਵੀ ਜਿਹੜਾ ਰੁਖ ਹੈ ਵੱਖਰਾ ਦੇਖਿਆ ਜਾਏਗਾ ਇਹ ਨੈਚੁਰਲੀ ਇਹ ਤਾਂ ਹੁਣ ਵਕਤ ਦੱਸੇਗਾ ਦੇਖੋ ਅੱਜ ਮੈਂ ਕੋਈ ਕਮੈਂਟ ਕਰਨਾ ਚੰਗਾ ਨਹੀਂ ਲੱਗਦਾ ਲੇਕਿਨ ਰਾਜਨੀਤੀ ਬਹੁਤ ਬਦਲ ਗਈ ਹੈ ਹੁਣ ਰਾਜਨੀਤਿਕ ਲੋਕ ਬੜੀਆਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਆ ਪੱਗਾਂ ਲਾਉਂਦੇ ਆ ਅਸੈਂਬਲੀ 'ਚ ਇੱਕ ਦੂਜੇ ਗੱਲ ਪੈਂਦੇ ਆ ਅੱਗੇ ਇਸ ਤਰ੍ਹਾਂ ਨਹੀਂ ଥି ਹੁੰਦਾ ਸਾਡੇ ਵੇਲੇ ਜਦੋਂ ਸ਼ੁਰੂ ਕੀਤਾ ਉਦੋਂ ਇਸ ਤਰ੍ਹਾਂ ਅਸੀਂ ਆਪਰੇ ਪਾਰਟੀ ਦੀ ਗੱਲ ਕਰੋ ਤੁਸੀਂ ਮੁੱਦਿਆਂ ਦੀ ਗੱਲ ਕਰੋ ਨਾ ਕਿ ਇਹ ਹੋਵੇ ਕਿ ਤੁਸੀਂ ਇੱਕ ਦੂਸਰੇ ਨੂੰ ਗਾਲਾਂ ਕੱਢੋ ਉਹ ਹੁਣ ਹੋ ਰਿਹਾ ਲੱਗਦਾ ਹੈ ਕਿ ਸਿਰਫ આરોਪ ਪ੍ਰਤੀ આરોਪ ਹੀ ਲਗਾਤਾਰ ਇਹ ਚੀਜ਼ਾਂ ਦੇ ਚੱਲ ਰਹੇ ਨੇ ਆਪਣੀਆਂ ਜੋ ਮੁੱਦੇ ਹਨ ਉਸ ਦੇ ਉੱਪਰ ਪਾਰਟੀਆਂ ਸ਼ਾਇਦ ਨਹੀਂ ਗੱਲ ਕਰ ਰਹੀਆਂ ਕੀ ਲੱਗਦਾ ਤੁਹਾਨੂੰ ਸਭਾਈ ਹੈ ਇਹ ਰੋਪਾਂ ਤੇ ਰੋਪਦਾਰ ਇੱਕ ਦੂਸਰੇ ਉੱਪਰ ਰੋਪ ਭਿਲਾ ਰਹੇ ਨੇ ਹੋ ਤਾਂ ਕੁਝ ਕਰ ਨਹੀਂ ਰਹੇ ਕੀ ਕੀ ਕਰ ਰਹੇ ਨੇ ਕਨਵਰਸਿੰਗ ਜਾਂ ਕਹਿੰਦੇ ਨੇ ਸਿਆਪ ਦੇਵਾਂਗੇ ਆਦੇ ਮੰਗ ਜਾ ਕਹਿੰਦੇ ਨੇ ਦੂਜੇ ਨੂੰ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਹੋਰ ਕੀ ਕੰਪੇਨਿੰਗ ਹੈ ਜਿਹੜੀ ਕਿ મત ਭੱਗ ਗਈ ਹੈ ਸੋ ਇਸ ਸੱਟ ਸੱਟਨ ਨਾਲ ਗੱਲ ਕਰਨ ਦੇ ਲਈ ਸੁਖਦੇਵ ਸਰ ਜਿਨ੍ਹਾਂ ਨੇ ਬੋਲਿਆ ਹੈ ਕਿ ਰਾਜਨੀਤੀ ਦੇ ਵਿੱਚ ਬਦਲਾਵ ਜ਼ਰੂਰ ਹੋਇਆ ਹੈ ਜੋ ਪਹਿਲਾ ਰਾਜਨੀਤੀ ਸੀ ਉਹ ਸ਼ਾਇਦ ਨਹੀਂ ਰਹੀ ਹੈ ਲੇਕਿਨ 2022 ਦੀ ਚੋਣਾਂ ਨੂੰ ਲੈ ਕੇ ਤਿਆਰੀਆਂ ਹਰ ਪਾਰਟੀ ਵੱਲੋਂ ਜ਼ਰੂਰ ਕੀਤੀਆਂ ਜਾ ਰਹੀਆਂ ਲੇਕਿਨ ਜਿੱਤ ਕਿਸ ਦੀ ਹੋਈਗੀ ਤਾਂ ਹੁਣ ਸਮਾਂ ਤੋਂ ਬਾਅਦ ਹੀ ਪਤਾ ਲੱਗੇਗਾ ਕੈਮਰਾਮੈਨ ਰਮਨਜੀਤ ਦੇ ਨਾਲ ਅਮਨਪ੍ਰੀਤ ਕੋਰ ਜਨਸ ਸਪੋਕਸਮੈਨ ਚੰਡੀਗੜ੍ਹ